बिस्मिल्लाहिर्रहमानिर्रहीम अस्सलाम वालेकुम। असी सारिया पंजाबी प्लेट भी जी आया कहने अज असी बना लिया गुड़ वाला मखंडी हलवा। ऐ सूजी लै ली है मैं, वो दुध भी बिच पे ली है। ऐ मैं गुड़ की प्याली लै ली है। ऐ मैं ऑयल लै लिया। ऐ बदाम ने, कशकाश है, तो ऐ लाचियां ने, तो ऐ काजू ने। तो ऐ हुण तुहानू दसने मैं पानी बिच घ्यो। बिस्मिल्लाहिर्रहमानिर्रहीम। ऐ मैं हुण पानी बिच घ्यो गर्म हो गया, ए विच मैं सूजी पा लैनी हाँ। बिस्मिल्लाह दी बरकत। थोड़ा जिहा मैं चुल्हा हुण मट्ठा कर लैनी हाँ। ऐ साड़ी सूजी ने हुण सारा घ्यो छड़ दित्ता, तो ये दो जां तीन मिनट मैं होर भुन्ना दी, तो फिर मैं जड़ा ना विच पावां दी गुड़, फिर होर नाल चीज़ां पावां दी। ऐ साड़ी हुण सूजी गई है रोस्ट हो, तो हुण असीं पाने आं इहदे विच गुड़। बिस्मिल्लाह दी बरकत। थोड़ा जहा पानी है पानी। ऐ हुण असीं बदाम पा लैने आ, विच कशकाश पा लैने आ, विच काजू पा लैने आ, फिर मैं खोया पानी आ। एक घंटा तो कोई 17 मिनट जड़ा ना मैं वो ना सूजी नू रोस्ट किया है, भुनद्या मैं लग गया सूजी का, तो विचों मैं घ्यो कढ लिया, अद्धी ज़्यादा घ्यो निकल गया विचों। ਐਵੇਂ ਵਿੱਚੋਂ ਖੋਇਆ ਪਾ ਲੈਂਦੀ ਹਾਂ। ਬਿਸਮਿਲ੍ਲਾਹ। ਖੋਏ ਦੀ ਮੈਂ ਅੱਗੇ ਰੈਸਪੀ ਦਿੱਤੀ ਹੈ। ਮੈਂ 2-3 ਮਿੰਟ ਭੁੰਨ ਕੇ ਅਤੇ ਫਿਰ ਲਾ ਲੈਂਦੇ ਹਾਂ। ਅਤੇ ਬੜਾ ਹੀ ਮਜ਼ੇਦਾਰ ਹੁੰਦਾ ਚੀਨੀ ਨਾਲੋਂ ਨਾ, ਗੁੜ ਦਾ ਜ਼ਿਆਦਾ ਮਜ਼ੇਦਾਰ ਹੁੰਦਾ ਜਿਹੜਾ ਮਖੰਡੀ ਹਲਵਾ ਨਾ, ਚੀਨੀ ਨਾਲੋਂ ਬਹੁਤ ਜ਼ਿਆਦਾ ਹੀ ਮਜ਼ੇਦਾਰ ਹੁੰਦਾ। ਮੈਂ ਤਾਂ 2-3 ਵਾਰੀ ਅੱਗੇ ਬਣਾਏ ਆ। ਦੁੱਖਣ ਬਾਜ਼ੂ ਵੀ ਲੱਗ ਪੈਂਦੇ ਨੇ। ਹਾਂਜੀ, ਸਾਡਾ ਮਖੰਡੀ ਹਲਵਾ ਬਣ ਕੇ ਹੋ ਗਿਆ ਤਿਆਰ, ਅਤੇ ਅਸੀਂ ਹੁਣ ਇਹਨੂੰ ਲਾਹੁੰਦੇ ਹਾਂ ਚੁੱਲ੍ਹੇ 'ਤੇ, ਅਤੇ ਫਿਰ ਤੁਹਾਨੂੰ ਡਿਸ਼ੋਡ ਕਰਕੇ ਅਤੇ ਫਿਰ ਦਿਖਾਉਂਦੇ ਹਾਂ। ਮੈਂ ਬਾਅਦ ਵਿੱਚ ਨਾ ਜਿਹੜਾ ਕੋਈ ਅੱਧੇ ਕੱਪ 'ਤੇ ਥੋੜ੍ਹਾ ਜਿਹਾ ਨਾ ਦੁੱਧ ਨਾ, ਅੱਧੇ ਕੱਪ 'ਤੇ ਥੋੜ੍ਹਾ ਜਿਹਾ ਨੀਚੇ ਥੱਲੇ ਹੀ ਆਹ ਉਹ ਮੈਂ ਪਾਇਆ, ਉਹ ਮੈਂ ਅੱਗੇ ਵੀ ਪਾਉਂਦੀ ਹਾਂ ਅੱਜ ਵੀ ਪਾਇਆ। ਉਹਦੇ ਨਾਲ ਜ਼ਿਆਦਾ ਸਖਤ ਨਹੀਂ ਹੁੰਦਾ ਵੀ ਜਿਹੜਾ ਕੋਈ ਬੰਦਾ ਵਡੇਰਾ ਖਾਏ ਅਤੇ ਬਈ ਉਹਨੂੰ ਮੁਸ਼ਕਲ ਨਹੀਂ ਬਣਦਾ, ਉਹ ਇਸ ਪਾਸੇ ਥੋੜ੍ਹਾ ਜਿਹਾ ਨਰਮ ਹੋ ਜਾਂਦਾ ਅਤੇ ਬਹੁਤ ਜ਼ਾਇਕਾ ਵੀ ਉਹਦਾ ਹੋ ਜਾਂਦਾ। ਹੁਣ ਥੋੜ੍ਹਾ ਜਿਹਾ ਨਾ ਮੈਨੂੰ ਫਿਰ ਚੱਸਣੀ ਆ ਕਿਉਂ ਆਂਡੀ ਜਿਹੜੀ ਹੈ ਨਾ ਉਹਦਾ ਥੱਲਾ ਭਾਰ ਹੈ, ਥੱਲੇ ਨਾ ਲੱਗ ਜਾਵੇ। ਹਾਂਜੀ, ਸਾਡਾ ਮਖੰਡੀ ਹਲਵਾ ਗੁੜ ਵਾਲਾ ਤਿਆਰ ਹੋ ਗਿਆ। ਜੇ ਸਾਡੀ ਰੈਸਪੀ ਪਸੰਦ ਆਵੇ ਇਹਨੂੰ ਲਾਈਕ ਕਰੀਓ, ਸ਼ੇਅਰ ਕਰੀਓ ਦੋਸਤਾਂ ਨਾਲ, ਫੈਮਿਲੀ ਨਾਲ, ਸਾਨੂੰ ਸਬਸਕ੍ਰਾਈਬ ਜ਼ਰੂਰ ਕਰੀਓ। ਫਿਰ ਦੀ ਵੀਡੀਓ 'ਚ ਮਿਲਾਂਗੇ। ਓਕੇ, ਅੱਲਾ ਹਾਫਿਜ਼।